ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ, ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਨੇ, ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਬੈੱਲ ਆਈਕਨ ਨੂੰ ਵੀ ਆਲ 'ਤੇ ਸੈੱਟ ਕਰ ਲਿਓ। ਕਿਸਾਨ ਵੀਰੋ, ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਦੋਸਤੋ, ਅੱਜ ਆਪਾਂ ਲੈ ਕੇ ਆਏ ਹਾਂ ਜੀ ਨੀਲੀ ਰਾਵੀ ਦੀ ਇਹ ਮੱਝ। ਕੀ ਡਿਟੇਲ ਹੈਗੀ ਹੈ ਜੀ, ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ, ਸ਼ਹਿਰ ਅਤੇ ਜ਼ਿਲ੍ਹਾ ਲੁਧਿਆਣਾ ਹੀ ਪੈ ਜਾਂਦਾ ਹੈ ਦੋਸਤੋ। ਲੁਧਿਆਣੇ ਸ਼ਹਿਰ ਦੇ ਵਿੱਚ ਇਹ ਜਿਹੜੀ ਮੱਝ ਖੜ੍ਹੀ ਹੈ। ਸੋ ਕਿਸਾਨ ਵੀਰੋ, ਨੀਲੀ ਰਾਵੀ ਦੇ ਵਿੱਚ ਟੇਢੀ ਧਾਰੀ ਦੀ ਇਹ ਜਿਹੜੀ ਮੱਝ ਹੈਗੀ ਆ, ਚਾਰੇ ਪੈਰ ਨਿਸ਼ਾਨੀਆਂ ਤੁਸੀਂ ਵੇਖ ਸਕਦੇ ਹੋ, ਨੀਲੀ ਰਾਵੀ ਦੀਆਂ ਸਾਰੀਆਂ ਕਵਰ ਹਨ। ਦੁੱਧ ਪੱਖੋਂ, ਧਾਰ ਪੱਖੋਂ ਦੋਸਤੋ ਬਿਲਕੁਲ ਸਾਫ਼ ਹੈਗੀ ਇਹ ਮੱਝ, ਮਗਰ ਕੱਟੀ ਹੈ ਦੋਸਤੋ। 5.5 ਤੋਂ 6 ਮਹੀਨੇ ਦਾ ਸੂਆ ਹੈਗਾ ਜੀ, 4 ਮਹੀਨੇ ਦੀ ਬਣੀ ਅੱਗੇ ਚੌਥੇ ਸੂਬੇ ਲਈ, ਤੀਜਾ ਸੂਆ ਇਸ ਟਾਈਮ ਜਿਹੜੀ ਸੂਈ ਸੀਗੀ। 6 ਕਿਲੋ ਦੁੱਧ ਦੋਸਤੋ ਜਿਹੜਾ ਬਿਲਕੁਲ ਤਿਆਰ ਹੈਗਾ। 2 ਟਾਈਮ ਦਾ ਜਿਹੜੇ ਮੇਰੇ ਵੀਰ ਭਰਾ ਆਉਣ, 2 ਟਾਈਮ ਦੀ ਚੁਬਾਈ ਤੁਸੀਂ ਕਰਕੇ ਵੇਖ ਸਕਦੇ ਹੋ। 6 ਕਿਲੋ ਦੁੱਧ ਬਿਲਕੁਲ ਰੈਡੀ ਹੈ ਜੀ। ਬਾਕੀ ਕਿਸਾਨ ਵੀਰੋ, ਚੰਗੀ ਮੱਝ ਹੈਗੀ ਆ, ਠੰਡੀ ਸੀਲ ਚੰਗੇ ਸੁਭਾਅ ਦੀ ਹੈਗੀ ਆ। ਜਿਹੜੇ ਵੀਰ ਆਉਣ, ਆਪਣੀ ਤਸੱਲੀ ਜਿਹੜੀ ਤੁਸੀਂ ਆਪ ਖੁਦ ਕਰਨੀ ਹੈਗੀ ਹੈ ਜੀ। ਬਾਕੀ ਬਿੱਲੀ ਅੱਖ ਦੋਸਤੋ, ਸਿੰਘ ਕੁੰਡਾ ਥੋੜ੍ਹਾ ਜਿਹਾ ਖੁੱਲ੍ਹਾ ਹੈਗਾ, ਬਾਕੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ, ਚੰਗੀ ਵਧੀਆ ਮੱਝ ਹੈਗੀ ਆ। ਸੱਜਰ ਦਾ ਦੁੱਧ ਦੋਸਤੋ ਤਕਰੀਬਨ 12-13 ਦੇ ਦਰਮਿਆਨ ਰਿਹਾ ਹੈਗਾ ਜੀ, ਅੱਗੇ ਚੌਥੇ ਸੂਬੇ ਦੀ ਸੂਣ ਜਾ ਰਹੀ ਆ। ਚਾਹਵਾਨ ਵੀਰ ਜ਼ਰੂਰ ਖਰੀਦ ਸਕਦੇ ਹੋ। ਮੁੱਲ ਦੋਸਤੋ 60,000 ਰੁਪਇਆ ਡਿਮਾਂਡ ਆ, ਮੌਕੇ 'ਤੇ ਮਾਨਤਾਨ ਜ਼ਰੂਰ ਕੀਤਾ ਜਾਵੇਗਾ। ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ।